ਵਾਹ ਜੀ ਖਾਲਸਾ ਵਾਹ ਜੀ ਫਤਿਹ। ਕੀ ਹਾਲ ਚਾਲ ਹੈ ਸਾਰਿਆਂ ਦਾ? ਆਪਾਂ ਖੜੇ ਹਾਂ ਉਰੇ ਯੂਬਾ ਸਿਟੀ, ਸੋ ਕੈਲੀਫੋਰਨੀਆ, ਅਤੇ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ। ਵੀ ਅੱਜ ਖਾਲਸਾ ਪੰਥ ਦੀ ਸਾਜਣਾ ਹੋਈ ਹੈ ਜਿਹੜੀ, ਸੋ ਗੁਰੂ ਸਾਹਿਬ ਨੇ ਆਪਾਂ ਨੂੰ ਕਹਿ ਦਿਓ ਵੀ ਚਿੜੀਆਂ ਤੋਂ ਬਾਜ਼ ਬਣਾਇਆ। ਸੋ ਉਹਨਾਂ ਦੇ ਨਕਸ਼ੇ ਕਦਮ ਦੇ ਚੱਲਦੇ ਹੋਏ ਵੀ ਪਹਿਲੇ ਗੁਰੂ ਸਾਹਿਬ ਜਿਨ੍ਹਾਂ ਨੇ ਆਪਾਂ ਨੂੰ ਖੇਤੀ ਬਖਸ਼ੀ, ਅਤੇ ਫਿਰ ਬਾਅਦ ਦੇ ਵਿੱਚ ਦਸਮ ਪਿਤਾ ਨੇ ਥਾਪੜਾ ਦਿੱਤਾ ਬੰਦਾ ਸਿੰਘ ਬਹਾਦਰ ਨੂੰ, ਅਤੇ ਅੱਜ ਆਪਾਂ ਜ਼ਮੀਨਾਂ ਦੇ ਮਾਲਕ ਹਾਂ ਸਾਰੇ। ਸੋ ਪਹਿਲਾਂ ਤਾਂ ਸਾਰੇ ਉਹ ਕਿਸਾਨਾਂ ਵਾਸਤੇ ਜਿਹੜੇ ਆਪਣੀ ਫਸਲ ਨੂੰ ਜ਼ਿਆਦਾ ਵਾਹ ਚੁੱਕੇ ਨੇ ਜਾਂ ਜਿਨ੍ਹਾਂ ਦੀ ਫਸਲ ਨਹੀਂ ਹੋਈ ਇਸ ਵਾਰੀ, ਅਤੇ ਜਿਨ੍ਹਾਂ ਨੇ ਅੱਜ ਵਿਸਾਖੀ ਉਵੇਂ ਲਾਈਕ ਜਿਵੇਂ ਆਪਾਂ ਸੋਚਦੇ ਹਾਂ ਵੀ ਸਾਰਿਆਂ ਵਾਸਤੇ ਖੁਸ਼ੀ ਦਾ ਤਿਉਹਾਰ ਹੈ, ਸ਼ਾਇਦ ਕੁਛ ਲੋਕਾਂ ਵਾਸਤੇ ਅੱਜ ਕਿਸਾਨਾਂ ਵਾਸਤੇ, ਵੀਰਾਂ ਵਾਸਤੇ ਜਿਹਨੇ ਆਪਦੀ ਫਸਲ ਵਾਹ ਦਿੱਤੀ ਉਹਨਾਂ ਨਾਲ ਆਪਾਂ ਸੋਲੀਡੈਰਿਟੀ ਦੇ ਵਿੱਚ ਹੈਗੇ ਹਾਂ। ਸੋ ਇਹ ਅੰਗਰੇਜ਼ ਹਕੂਮਤ ਦਾ ਜਿਹੜਾ ਜਲ੍ਹਿਆਂਵਾਲਾ ਬਾਗ ਹੈ ਜਿਹੜਾ ਇਹਨਾਂ ਨੇ ਕੀਤਾ ਵੀ ਫਾਇਰ ਮਾਰੇ, ਹੋਰ ਆਪਣੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਲਿੱਤੀਆਂ, ਸੋ ਉਹ ਹਿਸਟਰੀ ਭੁੱਲ ਚੁੱਕੇ ਨੇ ਵੀ 21 ਸਾਲ ਬਾਅਦ ਵੀ ਯਾਦ ਰੱਖਣ ਵਾਲੀ ਕੌਮ ਹੈ ਇਹ। ਸੋ ਇਹ ਅਸੀਂ ਚੇਤਾਵਨੀ ਦੇ ਰਹੇ ਹਾਂ ਇੰਡੀਅਨ ਅਥਾਰਟੀਜ਼ ਨੂੰ, ਜਿਹੜੇ ਸਪੈਸ਼ਲੀ ਯੂਨੀਅਨ ਗਵਰਨਮੈਂਟ ਆਫ ਇੰਡੀਆ ਜਿਹੜੀ ਧੱਕੇ ਨਾਲ ਕਿਸਾਨਾਂ ਉੱਤੇ ਉਹਨਾਂ ਦੀ ਕਿਸਾਨੀ ਖੋਹਣ ਦੀ ਸਾਜ਼ਿਸ਼ਾਂ ਕਰ ਰਹੀ ਹੈ। ਸੋ ਵਿਸਾਖੀ ਕਹਿ ਲਓ ਵੀ ਸਾਡਾ ਥੈਂਕਸਗਿਵਿੰਗ, ਅਤੇ ਆਪਦੇ ਪ੍ਰੋਡਿਊਸ ਨੂੰ ਅੱਜ ਵੇਚ ਕੇ ਕਿਸਾਨ ਆਪਦੇ ਜਿਹੜਾ ਵੀ ਹੈਗਾ ਸਾਡਾ ਇੱਕ ਸਿਸਟਮ ਹੈਗਾ ਪੂਰਾ ਬਣਿਆ ਹੋਇਆ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹਨਾਂ ਨੂੰ ਇਸ ਚੀਜ਼ ਤੋਂ ਅਕਲ ਲੈਣੀ ਚਾਹੀਦੀ ਹੈ, ਇਤਿਹਾਸ ਦੀ ਥੋੜ੍ਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਬਾਕੀ ਆਪਾਂ ਸਾਰੇ ਵੀ ਆਪਦਾ ਵਿਸਾਖੀ ਦੇ ਉੱਤੇ ਚਾਹੇ ਜੋ ਵੀ ਆਪਾਂ ਫੈਮਿਲੀ ਗੈਦਰਿੰਗ ਜਾਂ ਚਾਹੇ ਫਰੈਂਡਸ ਨੇ, ਆਪਾਂ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਵੀ ਇਹ ਜੰਗ ਲੰਬੀ ਚੱਲੂਗੀ। ਜੇ ਆਪਾਂ ਆਪਦੀ ਕਿਸਾਨੀ ਬਚਾਉਣੀ ਹੈ ਅਤੇ ਆਪਾਂ ਹਰੇਕ ਬੰਦੇ ਨੂੰ ਹੱਕ ਦਿਵਾਉਣਾ ਉਹਦਾ ਖਾਣਾ ਖਾਣ ਦਾ, ਸੋ ਆਪਾਂ ਆਪਦਾ ਖਿਆਲ ਵੀ ਰੱਖੋ ਅਤੇ ਦੇਖ ਕੇ ਸੋਚ ਸਮਝ ਕੇ ਸਹੀ ਤਰੀਕੇ ਨਾਲ ਜਿਵੇਂ ਸ਼ਾਂਤਮਈ ਤਰੀਕੇ ਨਾਲ ਅੱਗੇ ਅੰਦੋਲਨ ਕਰਨ ਦੀ ਸੋਚ ਰੱਖੀ ਆਪਾਂ। ਸੋ ਸੰਯੁਕਤ ਕਿਸਾਨ ਮੋਰਚਾ ਦੇ ਜੋ ਜੋ ਕਾਲਜ ਨੇ ਉਹਨਾਂ ਨੂੰ ਫੋਲੋ ਕਰਨਾ, ਅਤੇ ਹੁਣ ਮੇ ਦੇ ਵਿੱਚ ਉਹਨਾਂ ਨੇ ਅੱਗੇ ਜੋ ਵੀ ਪ੍ਰੋਗਰਾਮ ਬਣਾਇਆ ਹੈਗਾ ਸੋ ਉਹਨੂੰ ਫੋਲੋ ਕਰਨਾ ਸਾਰਿਆਂ ਨੇ, ਅਤੇ ਸਰਕਾਰ ਆਪਦਾ ਜੋ ਵੀ ਹੈਗਾ ਵੀ ਟਕੈ ਸਾਹਿਬ ਨੇ ਵੀ ਕਹਿਤਾ ਬਹੁਤ ਵਾਰੀ ਹੁਣ ਗੱਲ ਹੋ ਚੁੱਕੀ ਹੈ ਵੀ ਸਰਕਾਰ ਨੂੰ ਇਨੀਸ਼ੀਏਟ ਕਰਨੀ ਚਾਹੀਦੀ ਹੈ ਟੋਕ ਪਰ, ਸਰਕਾਰ ਗੂੰਗੀ ਬਹਿਰੀ ਅੰਨੀ ਸਰਕਾਰ ਹੈ ਇਹ ਚੁਣਾਵ ਜੀਵੀ ਨਾ ਸਰ, ਚੁਣਾਵ ਜਿੱਤਣ ਨਾਲ ਮਤਲਬ ਹੈਗਾ, ਜਦੋਂ ਚੁਣਾਵ ਹਾਰਨਗੇ ਉਦੋਂ ਹੀ ਸ਼ਾਇਦ ਹੋ ਸਕਦਾ ਗੱਲ ਕਰਨ ਵਾਸਤੇ ਇਹਨਾਂ ਨੂੰ ਕੋਈ ਇਨੀਸ਼ੀਏਟਿਵ ਲੈਣ ਦਾ ਸੋਚਣਗੇ, ਨਹੀਂ ਤਾਂ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਹੈਗਾ ਬਿਲਕੁਲ ਹੀ, ਮਤਲਬ ਸਿਰਫ ਚੁਣਾਵ ਤੋਂ ਫਰਕ ਹੈਗਾ ਨਾ ਕੋਈ ਗਵਰਨੈਂਸ ਤੋਂ ਫਰਕ ਹੈਗਾ। ਅਤੇ ਬਾਕੀ ਮੌਸਮ ਬਹੁਤ ਬਦਲ ਰਿਹਾ ਹੈਗਾ, ਮੈਂ ਵੀ ਖੁਦ ਆਈ ਵਾਜ਼ ਨੋਟ ਵੈਲ ਸਿੰਸ ਲਾਸਟ 2 ਡੇਜ਼, ਅਤੇ ਆਪਦਾ ਖਿਆਲ ਰੱਖੋ ਅਤੇ ਕੋਵਿਡ ਦਾ ਸਪੈਸ਼ਲੀ ਆਪਾਂ ਨੂੰ ਧਿਆਨ ਰੱਖਣਾ ਹੈਗਾ ਬਿਕੋਜ਼ ਕੇਸਿਸ ਆਲ ਟਾਈਮ ਹਾਈ ਨੇ। ਸੋ ਜਿਹੜੇ ਵੀ ਆਪਣੇ ਬਜ਼ੁਰਗ ਆਪਣੇ ਹੈਗੇ ਨੇ ਜਿਹਨਾਂ ਜਿਹੜੇ ਕੁਆਲੀਫਾਈ ਕਰਦੇ ਨੇ ਆਪਦਾ ਜਿੱਥੇ ਵੀ ਰਹਿੰਦੇ ਹੋ ਤੁਸੀਂ ਆਪਦਾ ਇੰਜੈਕਸ਼ਨ ਜਾਂ ਸ਼ੋਟ ਜ਼ਰੂਰ ਲਵਾਓ ਪਲੀਜ਼। ਅਤੇ ਹੁਣ ਤਾਂ ਸਾਰੇ ਕਮਿਊਨਿਟੀ ਸੈਂਟਰਸ ਆਲ ਓਵਰ ਅਮੈਰੀਕਾ ਅਤੇ ਕੈਨੇਡਾ ਵੀ ਉਹਨਾਂ ਨੇ ਯੂ ਨੋ ਵੀ ਚਾਹੇ ਤੁਸੀਂ ਸਿੱਖ ਹੋ ਚਾਹੇ ਗੁਰਦੁਆਰਿਆਂ ਨੂੰ ਵੀ ਬਹੁਤ ਸੋਰਸ ਹੁਣ ਹੈਗੇ ਨੇ, ਸੋ ਤੁਸੀਂ ਆਪਦੇ ਨੀਅਰੈਸਟ ਗੁਰਦੁਆਰੇ ਨੂੰ ਇਨ ਟੱਚ ਹੋ ਅਤੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਵੈਕਸੀਨ, ਉਹਨਾਂ ਪੱਕੀ ਗੱਲ ਉਹਨਾਂ ਕੋਲ ਹੈਗਾ ਪ੍ਰਬੰਧ, ਨਹੀਂ ਹੈਗਾ ਤਾਂ ਉਹ ਪ੍ਰਬੰਧ ਤੁਸੀਂ ਕਰ ਵੀ ਸਕਦੇ ਹੋ, ਇਟ ਇਜ਼ ਵੈਰੀ ਈਜ਼ੀ ਡੂਏਬਲ ਪ੍ਰੋਸੈਸ। ਸੋ ਤੁਸੀਂ ਆਪਦਾ ਟੀਕਾ ਲਵਾਓ ਅਤੇ ਉਹ ਤੋਂ ਬਾਅਦ ਆਪਦਾ ਜਿਹੜਾ ਹੁਣ ਕਿਉਂਕਿ ਲਾਸਟ ਮੂਮੈਂਟ ਦੇ ਉੱਤੇ ਆਪਦੀ ਗਾਰਡ ਡਾਊਨ ਕਰਨ ਦਾ ਕੋਈ ਪੁਆਇੰਟ ਨਹੀਂ ਹੈਗਾ, ਸੋ ਆਪਦਾ ਖਿਆਲ ਰੱਖੋ, ਆਪਦਾ ਮਾਸਕ ਪਾਉਣਾ ਮਾਸਕ ਪਾਓ, ਆਪਦਾ ਜੋ ਵੀ ਹੈਗਾ ਸਿਸਟਮ ਉਹਨੂੰ ਆਪਦਾ ਪੂਰਾ ਰੱਖੋ। ਅਤੇ ਬਾਕੀ ਫਿਰ ਗੱਲ ਹੁੰਦੀ ਰਹੂਗੀ ਤੁਹਾਡੇ ਨਾਲ ਅੱਗੇ ਦੇ ਪ੍ਰੋਗਰਾਮ ਬਾਰੇ। ਸੋ ਵਰਜੀਨੀਆ ਵਾਸ਼ਿੰਗਟਨ DC ਕੈਪੀਟਲ ਅੱਗੇ ਜਿਹੜਾ ਕੈਪੀਟਲ ਹਿੱਲ ਵੱਲ ਵਧਣ ਵਾਲਾ ਪ੍ਰੋਗਰਾਮ ਹੈਗਾ ਉਹਦੀ ਹੁਣ ਫਾਈਨਲ ਕਹਿ ਲਓ ਵੀ ਉਹਦਾ ਆਈਟਨਰੀ ਡਿਸਾਈਡ ਕਰਕੇ ਫਿਰ ਅੱਗੇ ਵਾਸ਼ਿੰਗਟਨ DC ਕੈਪੀਟਲ ਹਿੱਲ ਅਤੇ ਉਵੇਂ ਹੀ ਸਟੇਟ ਕੈਪੀਟਲਸ ਵਾਲਾ ਪ੍ਰੋਗਰਾਮ ਜਿਹੜਾ ਹੈਗਾ ਉਹਨੂੰ ਅੰਜਾਮ ਦੇਵਾਂਗੇ। ਅਤੇ ਜੋਬਨ 'ਤੇ ਆ ਪੂਰਾ ਅੰਦੋਲਨ, ਸੋ ਬਸ ਆਪਦਾ ਆਪਦੇ ਸਿਹਤ ਦਾ ਖਿਆਲ ਰੱਖੋ, ਆਪਦੇ ਬਜ਼ੁਰਗਾਂ ਦਾ ਖਿਆਲ ਰੱਖੋ, ਅਤੇ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ
मुबारक जी दोबारा तो बाकी कोशिश करिए आप भी वी सपोर्ट द फार्मर्स हू डोंट हैव द क्रॉप दिस और द प्रोड्यूस दिस ईयर भी उन्होंने नाल आप खड़ीए उन्होंने सॉलिडैरिटी दिखाईए। तो किसान एकता जिंदाबाद वाहिगुरू जी खालसा वाहिगुरू जी फतेह।